ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅਬੋਹਰ ਦਾ ਕਿੰਨੂ ਹੁਣ ਮਿਡ ਡੇ ਮੀਲ 'ਚ ਖਾਣ ਲਈ ਮਿਲੇਗਾ। ਪੰਜਾਬ 'ਚ ਐਗਰੋ ਏਜੰਸੀ ਕਿਸਾਨਾਂ ਅਤੇ ਬਾਗਬਾਨਾਂ ਤੋਂ ਕਿੰਨੂ ਖਰੀਦ ਕੇ ਹਰ ਜ਼ਿਲ੍ਹੇ ਵਿੱਚ ਸਪਲਾਈ ਕਰੇਗੀ। ਕਿੰਨੂ ਕਿਸ ਦਿਨ ਕਿਸ ਜ਼ਿਲ੍ਹੇ ਨੂੰ ਸਪਲਾਈ ਕੀਤਾ ਜਾਵੇਗਾ, ਇਸ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪੰਜਾਬ ਰਾਜ ਮਿਡ ਡੇ ਮੀਲ ਸੁਸਾਇਟੀ ਦੇ ਮੈਨੇਜਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਹੈ। ਇਸ ਹਿਸਾਬ ਨਾਲ ਇੱਕ ਹਫ਼ਤੇ ਤੱਕ 400 ਟਨ ਕਿੰਨੂ ਦੀ ਸਪਲਾਈ ਕੀਤੀ ਜਾਵੇਗੀ। ਸੁਸਾਇਟੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਹਿਲਾ ਸੋਮਵਾਰ ਨੂੰ ਮਿਡ ਡੇ ਮੀਲ ਵਿੱਚ ਮੌਸਮੀ ਫਲ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ, ਪਰ ਹੁਣ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਕਿੰਨੂ ਦਿੱਤੇ ਜਾਣਗੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ 6 ਜ਼ਿਲ੍ਹਿਆਂ ਵਿੱਚ ਕਿੰਨੂ ਦੀ ਸਪਲਾਈ ਕੀਤੀ ਜਾਵੇਗੀ ਅਤੇ ਇਹਨਾਂ ਜ਼ਿਲ੍ਹਿਆਂ ਵਿੱਚ ਬੱਚਿਆਂ ਨੂੰ ਮੰਗਲਵਾਰ ਨੂੰ ਖਾਣ ਲਈ ਕਿੰਨੂ ਦਿੱਤਾ ਜਾਵੇਗਾ। ਜਿਨ੍ਹਾਂ ਜ਼ਿਲ੍ਹਿਆਂ ਨੂੰ ਮੰਗਲਵਾਰ ਨੂੰ ਕਿੰਨੂ ਦੀ ਸਪਲਾਈ ਮਿਲੇਗੀ ਉਹ ਬੁੱਧਵਾਰ ਨੂੰ ਬੱਚਿਆਂ ਨੂੰ ਖਾਣ ਲਈ ਕਿੰਨੂ ਦੇਣਗੇ। ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਦਿਨ ਅਚਾਨਕ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਉਸਦੇ ਅਗਲੇ ਦਿਨ ਕਿੰਨੂ ਦਿੱਤੇ ਜਾਣਗੇ। ਕਿੰਨੂ ਨੂੰ ਸਪਲਾਈ ਬਲਾਕ ਪੱਧਰ 'ਤੇ ਕਰਵਾਉਣ ਲਈ ਬਲਾਕ ਕੋਆਰਡੀਨੇਟ ਲਗਵਾਏ ਗਏ ਨੇ। ਬਲਾਕ ਕੋਆਰਡੀਨੇਟ ਸਕੂਲਾਂ ਨੂੰ ਕਿੰਨੂ ਦੀ ਸਪਲਾਈ ਕਰਨਗੇ। ਕਿੰਨੂ ਦੀ ਅਦਾਇਗੀ ਬਲਾਕ ਪੱਧਰ 'ਤੇ ਸਿੱਧੇ ਤੌਰ 'ਤੇ ਪੰਜਾਬ ਐਗਰੋ ਨੂੰ ਕੀਤੀ ਜਾਵੇਗੀ, ਪਰ ਅਦਾਇਗੀ ਕਰਦੇ ਸਮੇਂ ਸੰਬੰਧਿਤ ਸਕੂਲਾਂ ਨੂੰ ਕਿੰਨੂ ਦੀ ਸਪਲਾਈ ਦਾ ਰਿਕਾਰਡ ਰੱਖਣਾ ਲਾਜ਼ਮੀ।